ਨਾਨਕ ਸਦ ਬਲੇਹਾਰ ਮਹਲਾ 5 ਖੰਦੇ ਆ ਖੰਦੇ ਆ ਮੂੰਹ ਕਠਾ ਪੈ ਨੰਦਿਆਂ ਸਭ ਅੰਗ ਨਾਨਕ ਜਿਗ ਤਨ ਦਾ ਜੀਵਿਆ ਜਿਨ ਸਚ ਨ ਲਗੋ ਰੰਗ ਬਉਰੀ ਜ्यों ਜ्यों ਤੇਰਾ ਹੁਕਮ ਤੇ ਵੇ ਤੋ ਹੁਵਣਾ ਜਾਂ ਜਾਂ ਰੱਖੇ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੇ ਰੰਗ ਧੁਰਮਤ ਧੋਵਣਾ ਜਪ ਜਪ ਤੁਧ ਨੰਕਾਰ ਪਰਮਪੋਖਵਣਾ ਜੋ ਤੇਰੇ ਰੰਗ ਰਤੇ ਛੇ ਜੋਨ ਨ ਝੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ਼ ਮਨ ਮਾਹੀ ਬਰੋਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਜਿਉ ਜਿਉ ਪਵਿੱਤਰ ਬਾਣੀ ਦਾ ਪਾਠ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਸ਼ੁਭ ਅ fırs ਪ੍ਰਾਪਤ ਹੋ ਰਿਹਾ ਇਹ ਗੱਲ ਹਿਰਦੇ ਵਿੱਚ ਡਿਢ ਹੋ ਰਹੀ ਹੈ ਕਿ ਗੁਰਬਾਣੀ ਜੀਵਨ ਜਾਚ ਹੈ ਜੋ ਸੀ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਪੜਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ ਇਸ ਗੱਲ ਉਤੇ ਨਿਸ਼ਚਾ ਵਿਸ਼ਵਾਸ ਪੁਰੋਸਾ ਯਕੀਨ ਬਣਦਾ ਕਿ ਵਾਕਈ ਗੁਰੂ ਪਾਤਸ਼ਾਹ ਜੀ ਦਾ ਇੱਕ ਇੱਕ ਬੋਲ ਜਿਹੜਾ ਉਹ ਸਾਨੂੰ ਜੀਵਨ ਜਾਂਚ ਸਿਖਾਉਂਦਾ ਅਸੀਂ ਜੀਵਨ ਜਾਚ ਸਿੱਖਣ ਵਾਲੇ ਪਾਸਿਓਂ ਅਵਿਸਲੇ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕਿਆ ਸੁੰਦਰ ਪੋਸ਼ਾਕੇ ਪੇਟ ਕੀਤੇ ਹਨ ਹੋਰ ਕਈ ਤਰ੍ਹਾਂ ਦੀ ਸ਼ਰਧਾ ਵੀ ਪ੍ਰਗਟ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੀ ਦੇ ਜਾਣ ਕੇ ਸ਼ਰਦੀਆਂ ਗਰਮੀਆਂ ਤੋਂ ਬਚਾਉਣ ਦਾ ਵੀ ਉਦਮ ਕੀਤਾ ਪਰ ਜੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੀਨ ਮੰਨ ਲਈਏ ਤੇ ਫਿਰ ਆ ਜਿਹੜੀ ਸਾਡੀ ਭਟਕਣਾ ਹੈ ਕਦੇ ਕਿਸੇ ਡੇਰੇ ਤੇ ਕਦੇ ਕਿਸੇ ਕੇਂਦਰ ਤੇ ਕਦੇ ਕਿਸੇ ਦੰਬੀ ਕੋਲ ਕਿਸੇ ਪਖੰਡੀ ਕੋਲ ਇਹ ਜਾਣ ਦੀ ਲੋੜ ਨਾ ਪਾ ਸਮਝ ਆ ਜਾਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਸਾਡੀ ਹਾਲਤ ਉਹ ਬਣ ਗਈ ਕਿ ਰਾਹ ਕਹੀਂ ਰਾਹੀ ਕਹੀਂ ਰੇਬਰ ਕਹੀਂ ਜਨ ਚੀਜ਼ਾਂ ਇੱਕ ਹੈ ਰਾਹ ਇੱਕ ਹੈ ਰਾਹੀ ਇੱਕ ਹੈ ਰੇਬਰ ਰਾਹ ਉਸ ਨੂੰ ਕਹਿੰਦੇ ਨੇ ਜਿਸ ਤੇ ਸੀ ਤੁਰਨਾ ਹੈ ਰਾਹੀ ਅਸੀਂ ਆ ਜਿਨ੍ਹਾਂ ਨੇ ਤੁਰਨਾ ਹੈ ਕਿ ਰਹਿਬਰ ਜੋ ਸਾਨੂੰ ਦੱਸ ਰਹੇ ਨੇ ਕਿ ਆਹ ਕੰਮ ਕਰਨਾ ਆ ਨਹੀਂ ਕਰਨਾ ਹੁਣ ਅਸੀਂ ਆਪਣੇ ਅੰਦਰ ਵਿਚਾਰ ਕੇ ਦੇਖੀਏ ਕਿਸੇ ਕੀ ਰਾਹੀ ਤੇ ਰਹਿਬਰ ਦਾ ਸੁਮੇਲ ਹੈ ਗੁਰੂ ਗ੍ਰੰਥ ਸਾਹਿਬ ਕੋ ਜੋ ਹੋਰ ਕਹਿੰਦੇ ਨੇ ਅਸੀਂ ਕੁਝ ਹੋਰ ਕਰੀ ਜਾਂਦੇ तो किसे उर्दू के विद्वान ने ठीक किया राह कहीं राही कहीं रहबर कहीं यूं भी भला राह तय हुआ है कहीं इस तरह भी कद असी सफर मुका के मंजिल ते पहुंच सकांगे जो तीकर असी गुरु रह गल सुन के ठीक राह उते नहीं तुरते असी कदे भी कामयाब नहीं हो ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ ਕਿਉਂਕਿ ਜਦੋਂ ਗੁਰੂ ਕੇ ਸਿੱਖ ਸਿੱਖਾ ਕੋ ਹੁੰਦੇ ਹੋਏ ਪੜ੍ਹ ਕਰੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਅਤੇ ਵਿਚਾਰ ਕਰਕੇ ਸਮਝਾ ਰਹੇ ਦਰਸ਼ਨ ਵਾਲੇ ਗੁਰੂ ਵਿੱਚ ਕੋਈ ਕਮੀ ਨਹੀਂ ਸਾਡੇ ਵਿੱਚ ਹੀ ਕਮੀ ਹੈ ਕਿ ਅਸੀਂ ਉਹਦੇ ਤੇ ਅਮਲ ਨਹੀਂ ਕਰ ਰਹੇ ਗੁਰੂ ਅਰਜਨ ਦੇਵ ਪਾਛਾ ਪਰਮਾੰਦੇ ਨੇ ਕਾਮ ਕਰੋਧ ਮਦ ਲੋਭ ਮੋ ਪਹਿਲੀ ਗੱਲ ਤਾਂ ਇਹ ਕਿ ਜਿਨ੍ਹਾਂ ਦਾ ਨਾਮ ਪੜਿਆ ਗਿਆ ਇਹਨਾਂ ਬਾਰੇ ਅਸੀਂ ਜਾਣਦੇ ਹਾਂ ਕਾਮ ਨੂੰ ਕੌਣ ਨਹੀਂ ਜਾਣਦਾ ਕਰੋਧ ਨੂੰ ਕੌਣ ਨਹੀਂ ਜਾਣਦਾ ਮਦ ਅਹੰਕਾਰ ਨੂੰ ਕੌਣ ਨਹੀਂ ਜਾਣਦਾ ਲੋਭ ਤੇ ਮੋਹ ਨੂੰ ਕੌਣ ਨਹੀਂ ਜਾਣਦਾ ਅਸੀਂ ਸਾਰੇ ਜਾਣਦੇ ਹਾਂ ਬਾਛ ਪਰਮਾਨਦੇ ਨਹੀਂ ਇਹ ਭਾਈ ਕਾਮ ਕ੍ਰੋਧ ਮਦ ਲੋਭ ਮੋ ਦੁਸ਼ਟ ਬਾਸਨਾ ਨਿਵਾਰ ਦੁਸ਼ਟ ਬਾਸਨਾ ਕਿਹੜੀਆਂ ਨੇ ਭੈੜੀਆਂ ਜਿਨ੍ਹਾਂ ਬਾਸਨਾਵਾਂ ਦੇ ਚਿਤਵਨ ਕਰਕੇ ਅਸੀਂ ਚੰਗੇ ਪਾਸੇ ਨਹੀਂ ਤੁਰ ਸਕਦੇ ਕਾਮ ਕ੍ਰੋਧ ਕਾਇਆ ਕੋ ਗਾਲੀ ਜੋ ਕੰਚਨ ਸੁਹਾਗਾ ਟਾਲੇ ਇਹ ਜਿਹੜੇ ਦੋ ਕਾਮ ਕ੍ਰੋਧ ਨੇ ਇਹ ਸਾਡੇ ਕੰਚਨ ਸੋਨੇ ਵਰਗੇ ਸਰੀਰ ਨੂੰ ਗਾਲ ਦੇਣਾ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਭਾਈ ਜੇ ਆਪਣਾ ਜੀਵਨ ਸਫਲ ਕਰਨੇ ਕਾਮ ਕ੍ਰੋਧ ਮਦ ਲੋਭ ਮੋ ਮਦ ਕਹਿੰਦੇ ਨੇ ਅਹੰਕਾਰ ਨੂੰ ਹੈ ਕੋਈ ਐਸਾ ਸੂਰਮਾ ਜਿਨੇ ਅਹੰਕਾਰ ਦਾ ਤਿਆਗ ਕੀਤਾ ਹੋ। ਹੈ ਕੋਈ ਐਸਾ ਸੂਰਮਾ ਜਿਸਨੇ ਲੋਭ ਦਾ ਤਿਆਗ ਕੀਤਾ ਹੋ। ਹੈ ਕੋਈ ਐਸਾ ਯੋਧਾ ਜਿਹੜਾ ਮੋਹ ਤੋਂ ਬਚਿਆ ਹੋ। ਪਰ ਮਹਾਰਾਜ ਕਹਿੰਦੇ ਨੇ ਭਾਈ ਜਦੋਂ ਤੀਕਰ ਇਹਨਾਂ ਚੀਜ਼ਾਂ ਨੂੰ ਆਪਾਂ ਅਨਰੋਲ ਵਿੱਚ ਨਹੀਂ ਕਰ ਉਡੋ ਟੀਕਰ ਅਸੀਂ ਜੀਵਨ ਦੀ ਸਫਲਤਾ ਦੇ ਰਾਹ ਤੇ ਨਹੀਂ ਟੁੱਟ ਸਕਦੇ ਕਾਮ ਕ੍ਰੋਧ ਮਦ ਲੋਭ ਮੋ ਦੁਸ਼ਟ ਬਾਸ਼ਨਾ ਨਿਵਾਰ ਬਾਸ਼ਨਾ ਮਾ ਚੰਗੀਆਂ ਵੀ ਹਨ ਪਰ ਇੱਥੇ ਦੁਸ਼ਟ ਬਾਸ਼ਨਾ ਦਾ ਜ਼ਿਕਰ ਕੀਤਾ ਭੈੜੀਆਂ ਵਾਸ਼ਨਾਵਾਂ ਜੋ ਹਨ ਇਹਨਾਂ ਨੂੰ ਦੂਰ ਕਰਨਾ ਹੈ ਭਾਵ ਕਾਬੂ ਕਰਨਾ ਕੰਟਰੋਲ ਵਿੱਚ ਕਰਨਾ ਹੈ ਅੱਜ ਸਾਡੇ ਸਾਰਿਆਂ 'ਵੀ ਇਹ ਸ਼ਿਕਾਇਤ ਹੈ ਕਿ ਅਸੀਂ ਪਾਠ ਕਰਦੇ ਹਾਂ ਪਰ ਮਨ ਵਿੱਚ ਫੁਰਨੇ ਬੜੇ ਭੈੜੇ ਹੁੰਦੇ ਨੇ ਖਿਆਲ ਬੜੇ ਭੈੜੇ ਹੁੰਦੇ ਨੇ ਉਹੀ ਵਾਸ਼ਨਾਵਾਂ ਕਿਉਂਕਿ ਵਾਸ਼ਨਾਵਾਂ ਤੇ ਉਹੀ ਉੱਠਣਗੀਆਂ ਜਿਨ੍ਹਾਂ ਦੀ ਪਕੜ ਹੋਏਗੀ ਦੇ ਨਿਵਾਰ ਦਾ ਅਰਥ ਹੈ ਨਿਵਰਤ ਕਰਨਾ ਦੂਰ ਕਰਨਾ ਹਟਾਉਣਾ ਇਹ ਇੱਕਦਮ ਨਹੀਂ ਹਟਦੀ ਕਿਉਂਕਿ ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੈਲ ਲੱਗੀ ਹੋਈ ਪਰ ਯਾਦ ਰੱਖੋ ਜਦੋਂ ਤੀਕਰ ਬਰਤਨ ਸਾਫ ਨਹੀਂ ਹੋਵੇਗਾ ਉਹਦੇ ਵੀ ਤੁਸੀਂ ਕਿਵੇਂ ਦੁੱਧ ਪਾਓਗੇ ਕਿਵੇਂ ਹੋਰ ਚੰਗੀ ਚੀਜ਼ ਪਾਓਗੇ ਇਸੇ ਲਈ ਬਾਦਸ਼ਾਹ ਨੇ ਭਾਂਡਾ ਧੋਏ ਬੈਸ ਤੂ ਫਦੇਵੋ ਤੋ ਤੂੰ ਦੇਖੋ ਜਾਵੋ ਪਹਿਲਾ ਭਾਈ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਸਾਫ ਕਰਨ ਰੋਜ ਆਸਰਾ ਕੀ ਮਾਰ ਵਿੱਚ ਪਰਦੇ ਆ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਬੋਟਿਆਂ ਨੂੰ ਪੁੱਛ ਕੇ ਵੇਖੀ ਰਹਾ ਉਹ ਪਾਸ ਸਾਰਤ ਕਰਦੇ ਨੇ ਕੋੜ ਨਹੀਂ ਇੱਥੇ ਪਾਸ ਦਾ ਮਤਲਬ ਹੈ ਪਾਸੇ ਕਰਨ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਪਹਿਲਾਂ ਢੇਰਾ ਲਾਈ ਬੈਠੀਆਂ ਨੇ ਉਹਨਾਂ ਨੂੰ ਉੱਥੋਂ ਹਟਾਉਣਾ ਨਿਵਰਤ ਕਰਨਾ ਦੇਖੋ ਨਾ ਅਸੀਂ ਜਦੋਂ ਭਾਂਡੇ ਵਿੱਚ ਦੁੱਧ ਵਰਗਾ ਅੰਮ੍ਰਿਤ ਪਾਉਣਾ ਹੁੰਦਾ ਤੇ ਪਹਿਲਾਂ ਭਾਂਡੇ ਨੂੰ ਧੋਂਦੇ ਆ ਸਾਫ਼ ਕਰਦੇ ਕਿਉਂ ਜੇ ਭਾਂਡਾ ਸਾਫ਼ ਨਹੀਂ ਹੋਵੇਗਾ ਇਹਦੇ ਵਿੱਚ ਪਾਈ ਹੋਈ ਚੰਗੀ ਚੀਜ਼ ਦਾ ਰੂਪੀ ਬਦਲ ਜਾਏ। ਤੋਂ ਗੁਰੂ ਪਾਤਸ਼ਾਹ ਨੇ ਸਮਝਾਇਆ। ਭਾਈ ਯਤਨ ਕਰੋ ਇਹਨਾਂ ਚੀਜ਼ਾਂ ਨੂੰ ਨਿਵਰਤ ਕਰੋ, ਦੂਰ ਕਰੋ। ਇਹਨਾਂ ਤੋਂ ਬਚੋ। ਕਾਮ, ਕ੍ਰੋਧ, ਮਦ, ਲੋਭ ਮੋ। ਦੁਸ਼ਟ ਬਾਸਨਾ ਨਿਵਾਰ। ਰਾਖਲੇਹ ਪ੍ਰਭ ਆਪਣੇ। ਨਾਨਕ ਸਤਿ ਬਲਿਹਾਰ ਹੁਣ ਇੱਥੇ ਪ੍ਰਭ ਦਾ ਭੱਬਾ ਮੁਕਤਾ ਮੁਕਤਾ ਹੁਣ ਲ ਕੀ ਹੋਵੇਗਾ ਪ੍ਰਭ ਸੰਬੋਧਨ ਹੋ ਜਾਇਆ ਜਦੋਂ ਪ੍ਰਭ ਦੇ ਭੱਬੇ ਨੂੰ ਔਂਕਰ ਹੈ ਪ੍ਰਭ ਨਾਉਨ ਪੁਲਿੰਗ ਇੱਕ ਵਚਨ ਜਦੋਂ ਪ੍ਰਭ ਦੇ ਭੱਬੇ ਨੂੰ ਸਿਆਰੀ ਹੈ ਪ੍ਰਭ ਨੇ ਪ੍ਰਭ ਦੁਆਰਾ ਇਹ ਕੰਮ ਕੀਤਾ ਬਰੇਥਿ ਪ੍ਰਭ ਦਾ ਪਪਾ ਮੁਕਤਾ ਹੈ ਇਹ ਸੰਬੋਧਨ ਹੈ ਬੇਨਤੀ ਕਰਨੀ ਰਾਖ ਲੈ ਪ੍ਰਭ ਆਪਣੀ हे ਮੇਰੇ ਵਾਹਿਗੁਰੂ ਮੈਨੂੰ ਬਚਾ ਲੈਣਾ ਕਰੋ ਮੇਰੇ ਤੇ ਕਿਰਪਾ ਕਰੋ ਤਾਂ ਜੋ ਮੈਂ ਇਹਨਾਂ ਨੂੰ ਕਾਬੂ ਕਰ ਸਕਾਂ ਇਹਨਾਂ ਦੇ ਪ੍ਰਭਾਵ ਤੋਂ ਬਚ ਸਕਾਂ ਕਾਮ ਕ੍ਰੋਧ ਮਦ ਲੋਭ ਮੋ ਦੁਸ਼ਟ ਬਾਸਨਾ ਨਿਵਾਰ ਸੁਖਮਨੀ ਸਾਹਿਬ ਵਿੱਚ ਵੀ ਪੜਦੇ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅੰਗ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਹੈ ਪ੍ਰਭੂ ਸਾਡੇ ਤੇ ਕਿਰਪਾ ਕਰ ਆਜੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਾਡੇ ਤੋਂ ਦੂਰ ਕਰੋ ਸਾਡਾ ਖਿਹੜਾ ਛਡਾਓ ਕਾਮ ਕ੍ਰੋਧ ਮਦ ਲੋਭ ਮੋ ਦੁਸ਼ਟ ਬਾਸਨਾ ਨਿਵਾਰ ਰਾਖਲੇ ਪ੍ਰਭ ਆਪਣੀ ਨਾਨਕ ਸਦ ਬਲਿਹਾਰ ਹੈ ਵਾਹਿਗੁਰੂ ਮੈਂ ਤੇਰੇ ਤੁਸਦਾ ਬਲਿਹਾਰ ਹੁਣ ਸਾਡੀ ਹੈ ਹਾਲਤ ਕਿਉਂ ਵਿਗੜੀ ਕਿਵੇਂ ਵਿਗੜੀ ਬਾਦਸ਼ਾਹ ਅਗਲੇ ਸ਼ਲੋਕ ਵਿੱਚ ਵਰਮਾਉਂਦੇ ਨੇ ਖਾਂਦੇ ਆਂ ਖਾਂਦੇ ਆਂ ਮੂੰ ਕਠਾ ਪੈ ਨੰਦਿਆਂ ਸਭ ਅੰਗ ਨਾਨਕ ਤ੍ਰਿਗਤ ਨਾਮ ਦਾ ਜੀਵਿਆ ਜਿਨ ਸੱਚ ਨ ਲਘੋ ਰੰਗ देखो खाना त्यागिया नहीं जा सकता पहनना त्यागिया नहीं जा सकता कई कह सकते फिर खाया ना करिए पहनया ना करिए नहीं नहीं खाना भी जरूरी है पहनना भी जरूरी पर इन तो एक जरूरी काम है परमात्मा जुड़ना उधर साढ़ा ध्यान नहीं है ਖਾਣ ਦਾ ਚਸਕਾ ਇੰਨਾ ਹੈ ਜਿਦਾ ਕੋਈ ਅੰਤ ਨਹੀਂ ਪਹਿਨਣ ਦੇ ਸੰਬੰਧ ਵਿੱਚ ਦੇਖਿਆ ਜਾਏ ਕੱਪੜਿਆਂ ਨਾਲ ਸੰਦੂਕ ਭਰੇ ਹੋਏ ਨੇ ਸੂਟਾਂ ਦੀ ਗਿਣਤੀ ਕੋਈ ਨਹੀਂ ਵਾਰੀ ਨਹੀਂ ਆਉਂਦੀ ਫਿਰ ਵੀ ਲਈ ਜਾਂਦੇ ਖਾਲਿਆ ਠੀਕ ਹੈ ਕਈ ਸਿਆਣਿਆਂ ਦਾ ਕਥਨ ਹੈ ਕੁਝ ਲੋਕ ਖਾਂਦੇ ਹਨ ਜਿਉਂਦੇ ਨਹੀਂ ਕੁਝ ਲੋਕ ਜੀਉਂਦੇ ਹਨ ਖਾਂਦੇ ਇਹ ਫਰਕ ਫਿਰ ਖਾਦਾ ਵੀ ਇੰਨਾ ਹੈ ਕਿ ਮੂੰਹ ਕੱਸ ਗਿਆ ਸਾਦ ਸੰਗਤ ਦੇ ਰੂਪ ધੰਦ ਅਸਲੀ ਕੱਸ ਜਾਂਦੇ ਨੇ ਉਹ ਖਾਣ ਕਰਕੇ ਕੱਸੇ ਇਤਨਾ ਖਾਦਾ ਇਤਨਾ ਖਾ ਖੰਡਿਆਂ ਖੰਡਿਆਂ ਨੂੰ ਇਕੱਠਾ ਪੈਨੰਦੇ ਆ ਸਭ ਅੰਗ ਤੇ ਬਸਰ ਪਾਉਂਦੇ ਆ ਪਾਉਂਦੇ ਆ ਸਰੀਰ ਅੰਗ ਵੀ ਕੱਸ ਕੇ ਇਹ ਤਿਆਗਿਆ ਨਹੀਂ ਜਾ ਸਕਦਾ ਪਰ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਗੁਰੂ ਸਾਹਿਬ ਦੇ ਕਥਨ ਦਾ ਮਤਲਬ ਇਹ ਹੈ ਜੇ ਅਸਲ ਕੰਮ ਨਹੀਂ ਕੀਤਾ ਤੇ ਫਿਰ ਇਹ ਕੀਤੇ ਹੋਏ ਕੰਮ ਕਿਸੇ ਕੰਮ ਨਹੀਂ ਖਾਂਦਿਆਂ ਖਾਂਦਿਆਂ ਮੂੰਹ ਕਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗਤਿ ਨੰਦਾ ਜੀਵਿਆ ਜਿਨ ਸਚ ਨ ਲਗੋ ਰੰਗ ਨਾਨਕ ਜੀ ਫਰਮਾਨ ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਨਾਲ ਨਹੀਂ ਬਣਿਆ ਉਹਨਾਂ ਦਾ ਜਿਉਣਾ ਫਿਟਕਾਰਜੋ ਉਹਨਾਂ ਦਾ ਖਾਣਾ ਉਹਨਾਂ ਦਾ ਸੋਨਾ ਉਹਨਾਂ ਦਾ ਪਹਿਨਣਾ ਫਿਟਕਾਰਿਓ ਇਹਦਾ ਅਰਥ ਇਹ ਨਹੀਂ ਕਰਨਾ ਕਿ ਖਾਣਾ ਨਹੀਂ ਖਾਈ ਆਖਿਆ ਉਹ ਖਾਓ ਜਿਦੇ ਨਾਲ ਸਭ ਭੁੱਖਾ ਮਿਟ ਜਾ ਉਹ ਪਹਿਨੋ ਜਿਦੇ ਨਾਲ ਫਿਰ ਪਤਨ ਗਵਾਚੇ ਨੰਗੇ ਨਾ ਹੋਣਾ ਭਗ ਪਰ ਕਿਤਨੇ ਸਾਡੇ ਵਿੱਚੋਂ ਹਨ ਜਿਨ੍ਹਾਂ ਨੂੰ ਇਹ ਧਿਆਨ ਹੈ। ਤੋਂ ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਹੋਰ ਤੇ ਸਾਰੇ ਕੰਮ ਕਰ ਲੈ। ਪਰ ਜਿਨ੍ਹਾਂ ਨੂੰ ਸੱਚ ਦਾ ਪਿਆਰ ਨਹੀਂ ਲੱਗਾ ਸੱਚੇ ਨਾਲ ਪਿਆਰ ਨਹੀਂ ਲੱਗਾ। ਤ੍ਰਿਗਤ ਨੰਦਾ ਜੀਵਿਆ। ਉਹਨਾਂ ਦਾ ਜੀਉਣਾ ਫਟਕਾਰੀ। ਜੇ ਨ ਸੱਚ ਨ ਲਗੋ ਰੰਗ ਆਵਨ ਆਏ ਜਗਤ ਮੇ ਬੇਨ ਬੂਝੇ ਪਸਟੌਰ ਆਤੇ ਗਏ ਹੋਰ ਵੀ ਸਾਰੇ ਕੰਮ ਕਰ ਲੈ ਪਰ ਇਹ ਨਹੀਂ ਸਮਝੇ ਕਿ ਅਸੀਂ ਆਏ ਕਾ ਲਈ ਫਿਰ ਪਾਛਨ ਕੇ ਪ੍ਰਾਣੀ ਤੂੰ ਆਇਆ ਨਾ ਹਾਂ ਲੈ ਲੱਗਾ ਕਿ ਤੂ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਇਕੈ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਇ ਤੋ ਇਹਨਾ ਪੰਕਤੀਆਂ ਲਿਖ ਕੇ ਆਪਣੇ ਡਾਈਨਿੰਗ ਟੇਬਲ ਦੇ ਨੇੜੇ ਰੱਖੋ ਜਿੱਥੇ ਪਹਿਨਣ ਵਾਲੇ ਕੱਪੜਿਆਂ ਦਾ ਤੁਸੀਂ ਭੰਡਾਰ ਬਣਾਇਆ ਉੱਥੇ ਲਿ ਭਾਵ ਸਾਨੂੰ ਯਾਦ ਰਹੇ ਕਿ ਗੁਰਬਾਣੀ ਸਾਨੂੰ ਕੀ ਕਹਦੀ ਖਾਂਦਿਆਂ ਖਾਂਦਿਆਂ ਮੋਕਟਾ ਪੈਨੰਦਿਆਂ ਸਭ ਅੰਗ ਨਾਨਕ ਤੇਗ ਤੇ ਨਾਂ ਦਾ ਜੀਵਿਆ ਜਿਨ ਸੱਚ ਨ ਲਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਏ ਪ੍ਰਭੂ ਜਗਤ ਵਿੱਚ ਉਸੇ ਤਰ੍ਹਾਂ ਵਰਤਾਰਾ ਵਰਤਦਾ ਜਿਵੇਂ ਤੇਰਾ ਹੁਕਮ ਹੁੰਦਾ ਜਿਉਂ ਜਿਉਂ ਤੇਰਾ ਹੁਕਮ ਤੇ ਵਾਤਿਓ ਹੋਵਣਾ ਜਾਨ ਜਾਨ ਰੱਖੇ ਆਪ ਤਾਹ ਜਾਏ ਖੜੋਵਣਾ ਦਾਸ ਨੂੰ ਜੋ ਸਮਝ ਆਈ ਇਹਨੂੰ ਆਮ ਤੌਰ ਤੇ ਪਾਠ ਕਰਨ ਵਾਲੇ ਪ੍ਰੇਮੀ ਜੈਂ ਜੈਂ ਬੋਲਦੇ ਬਾਰੇ ਯਾਦ ਰੱਖੋ ਜਿੱਥੇ ਹਾਇ ਨੂੰ ਸਿਹਰੀ ਹੋਵੇ ਉੱਥੇ ਤੇ ਜੈਂ ਬੋਲਣਾ ਜਿੱਥੇ ਜੱਜੇ ਨੂੰ ਸਿਹਰੀ ਹੋਵੇ ਉੱਥੇ ਜੈਂ ਬੋਲਣਾ ਤੇ ਜਿੱਥੇ ਜੱਜਾ ਹਾ ਹਾ ਦੋਵੇਂ ਮੁਕਤੇ ਨੇ ਉਹਨੂੰ ਜੈਂ ਕਿਵੇਂ ਬਣਾ ਉਹਨੂੰ ਬੋਲਣਾ ਜਾਂ ਜਾਂ ਹੇ ਵਾਹਿਗੁਰੂ ਜਾਂ ਜਾਂ ਰੱਖੇ ਆਪ ਤਾਂ ਜਾਏ ਖੜੋਣਾ ਇਹ ਜੀਵ ਤਾਂ ਤੇਰੇ ਹੱਥ ਵਿੱਚ ਕਟ ਪੁਤਲੀਆਂ ਜਿੱਥੇ ਜਿੱਥੇ ਤੁਸੀਂ ਰੱਖਣਾ ਕਰਦੇ ਉੱਥੇ ਜਾ ਕੇ ਰਹਿਣਾ ਪੈਂਦਾ ਉੱਥੇ ਖਲੋਣਾ ਪੈਂਦਾ ਜਿਉਂ ਜਿਉਂ ਤੇਰਾ ਹੁਕਮ ਤੇ ਵਾਜਿਉ ਹੋਣਾ ਜਾਂ-ਜਾਂ ਰੱਖੈ ਆਪ ਤਾਂ ਜਾਏ ਖੜੋਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਣਾ ਅੱਖਿਆ ਜਿਹੜੀ ਖੋਟੀ ਮਤ ਹੈ ਖੋਟੀ ਮੱਤ ਦੀ ਲੱਗੀ ਹੋਈ ਮੈਲ ਨੂੰ ਧੋਣ ਵਾਸਤੇ ਹੋਰ ਕੋਈ ਤਰੀਕਾ ਨਹੀਂ ਨਾਮ ਤੇਰੇ ਕੇ ਰੰਗ ਤੇਰੇ ਨਾਮ ਦੇ ਰੰਗ ਵਿੱਚ ਰੰਗੀਜ ਕੇ ਇਸ ਖੋਟੀ ਮੱਤ ਦੀ ਲੱਗੀ ਹੋਈ ਮੈਲ ਨੂੰ ਧੋਤਾ ਜਾ ਸਕਦਾ ਜਪ ਜਪ ਤੁਧ ਰੰਕਾਰ ਪਰਮ ਭਉ ਘੋਮਣਾ ਜਪ ਜਪ ਬਾਰ ਬਾਰ ਇਸ ਲਈ ਦੱਸਿਆ ਜਾਂਦਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਦਰਸ਼ਨ ਦੇ ਨਾਲ ਅਨੇਕਾਂ ਹੀ ਪ੍ਰੇਮੀਆਂ ਨੂੰ ਸ਼ਰਧਾਲੂਆਂ ਨੂੰ ਪਾਠ ਕਰਨ ਵਿੱਚ ਸਮਝਾਉਣ ਲੱਗ ਪਈਆਂ ਕਿਉਂਕਿ ਜਪ ਬੱਪੇ ਨੂੰ ਔਂਕੜ ਨਾਲ ਵੀ ਆਏਗਾ ਜਪ ਬੱਪਾ ਮੁਕਤਾ ਵੀ ਆਏਗਾ ਜਪ ਬੱਪੇ ਨੂੰ ਸਿਆਰੀ ਨਾਲ ਵੀ ਆਏ ਇਹ ਤਿੰਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਲਬਤ ਨੇ ਮਿਲਦੇ ਪਰ ਜਿਸ ਜਪ ਦੇ ਪਪੇ ਨੂੰ ਔਂਕੜ ਹੈ ਉਹ ਨਾਉਨ ਪੁਲਿੰਗ ਇੱਕ ਵਚਨ ਹੈ ਤੇ ਜਿਹੜਾ ਜਪ ਪਪਾ ਮੁਕਤਾ ਹੈ ਉਹ ਪਲੂਰਲ ਬਹੁ ਵਚਨ ਹੈ ਅਸੰਗ ਜਪ ਅਸੰਗ ਪਾਉ ਤੇ ਜਿਸ ਜਪ ਦੇ ਪਪੇ ਨੂੰ ਸਿਹਾਰੀ ਹੈ ਉਹ ਜਪਣ ਕਰਕੇ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨੰਕਾਰ ਪਰਮ ਭਉ ਖੋਮਣਾ ਹੋਰ ਕੋਈ ਤਰੀਕਾ ਨਹੀਂ ਜਿਵੇਂ ਹਨੇਰੇ ਨੂੰ ਦੂਰ ਕਰਨ ਲਈ ਚਾਨਣੀ ਚਾਹੀਦੀ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ ਬਿਨ ਤੇਲ ਦੀਵਾ ਕਿਉਂ ਜਲੇ ਭਾਈ ਜਦੋਂ ਤੀਕਰ ਦੀਵੇ ਵਿੱਚ ਤੇਲ ਨਹੀਂ ਹੋਵੇਗਾ ਉਹ ਕਿਵੇਂ ਜਗੇਗਾ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਸਰੀਰ ਰੂਪੀ ਦੀਵੇ ਵਿੱਚ ਤੇਲ ਬੱਤੀ ਸਭ ਕੁਝ ਪਾਉਣਾ ਪੈਣਾ श्री राग अंदर गुरु नानक पातशाह जी ने फरमाया कि अ छलाई ना चले ना कहो कटारा कर सके ज्यों साहेब राख त्यों रह इस लोभी का जियो टल है बिन तेल दीवा क्यों जले फिर राख्या पोथी पुराण कमाई पाओ वी इत तन पाई ਸੱਚੇ ਬੂਝਣ ਆਣ ਜਲਾਈਏ ਇਹ ਤੇਲ ਦੀਵਾ ਕਿਉਂ ਜਲੇ ਜਪ ਜਪ ਤੁਧ ਨੰਕਾਰ ਪਰਮ ਪਉਖੋਣਾ ਇਸ ਪਰਮ ਤੇ ਪਉ ਨੂੰ ਦੂਰ ਕਰਨ ਦਾ ਹੋਰ ਕੋਈ ਤਰੀਕਾ ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਮਣਾ ਜਿਹੜੇ ਪਿਆਰੇ ਤੇਰੇ ਰੰਗ ਰਤੇ ਤੇਰੇ ਰੰਗ ਰਤ ਦੇਖੋ ਤੇਰੇ ਦੇ ਰਾਰੇ ਨੂੰ ਢੋਲਾਵਾ ਨੇ ਰੰਗ ਦੇ ਗਗੇ ਨੂੰ ਸਿਆਰੀ ਹੈ ਏ ਬਾਈ ਗੁਰੂ ਜਿਹੜੇ ਤੇਰੇ ਪਿਆਰ ਦੇ ਰੰਗ ਵਿੱਚ ਰਤੇ ਗਏ ਛੇ ਜੋ ਨਾ ਝੋਵਣਾ ਉਹ ਫਿਰ ਜੁਨੀਆਂ ਵਿੱਚ ਨਹੀਂ ਜੋਏ ਜਾਂਦੇ ਭਾਵ ਜਮਨ ਮਨ ਦੇ ਚੱਕਰ ਤੋਂ ਛੁੱਟ ਜਾਂਦੇ ਤੇ ਅੰਤਰ ਬਾਹਰ ਇੱਕ ਨੈਣ ਅਲੋਮਣਾ ਉਹ ਤਾਂ ਫਿਰ ਆਪਣੇ ਨੀਤਲਾਂ ਦੇ ਨਾਲ ਅੰਦਰ ਵੀ ਤੇ ਬਾਹਰ ਵੀ ਇੱਕ ਪਰਮਾਤਮਾ ਨੂੰ ਦੇਖਦੇ ਹਨ ਜਿਣੀ ਪਛਾਤਾ ਹੁਕਮ ਤਿੰਨ ਕਦੇ ਨ ਰੋਣਾ ਆਖਿਆ ਜਿਨ੍ਹਾਂ ਨੇ ਤੇਰੇ ਹੁਕਮ ਨੂੰ ਪਛਾਨਿਆ ਜਿਹੜੇ ਤੇਰੇ ਬਾਣੇ ਵੀ ਤੇਰੀ ਰਸਾ ਵਿੱਚ ਰਹਤੀ ਉਹਨਾਂ ਨੂੰ ਕਦੇ ਫਿਰ ਰੋਣਾ ਨਹੀਂ ਪੈਂਦਾ ਨਾਉ ਨਾਨਕ ਬਖਸ਼ੀਸ਼ ਮਨ ਮਾਹੀ ਪਰੋਣਾ ਨਾਨਕ ਜੀ ਫਰਮਾਦੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਔਰ ਉਹ ਆਪਣੇ ਮਨ ਵਿੱਚ ਪਰੋ ਲੈਂਦੇ ਨੇ। ਮਨ ਵਿੱਚ ਵਸਾ ਲੈਂਦੇ ਨੇ। ਉੱਠਦੇ ਆਂ, ਬੈਹਂਦੇ ਆਂ, ਤੁਰਦੇ ਆਂ, ਫਿਰਦੇ ਆਂ। ਸਵਾਸ ਸਵਾਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।